ਜਦ ਅਸੀਂ ਵਾਹਿਗੁਰੂ ਦਾ ਨਾਮ ਸਿਮਰਦੇ ਹਾਂ ਅਸੀਂ ਉਸ ਦੇ ਮਿਲਾਪ 'ਚ ਆਉਂਦੇ ਹਾਂ ਕੋਈ ਕਹਿੰਦੇ ਹਨ ਕਿ ਨਾਮ ਜਪਣ ਵਿੱਚ ਮਨ ਨਹੀਂ ਲੱਗਦਾ ਤੇ ਫਿਰ ਨਾਮ ਜਪਣਾ ਛੱਡ ਦਿੰਦੇ ਹਨ ਇਹ ਬੜੀ ਭਾਰੀ ਪੁੱਲ ਹੈ ਮਾਂ ਬੱਚੇ ਨੂੰ ਗੋਦੀ ਵਿੱਚ ਲੈ ਕੇ ਉਸ ਨਾਲ ਪਿਆਰ ਦੀਆਂ ਗੱਲਾਂ ਕਰਦੀ ਹੈ ਇਹ ਮਾਂ ਦੀਆਂ ਗੱਲਾਂ ਬੱਚੇ ਦਾ ਆਬਜੈਕਟਿਵ ਜਾਂ ਸਬਕੌਂਸ਼ੀਅਸ ਮਾਈਂਡ ਯਾਨੀ ਅਚੇਤ ਮਨ ਸੁਣਦਾ ਹੈ ਤੇ ਇਹ ਗੱਲਾਂ ਉਸ ਵਿੱਚ ਰਚਦੀਆਂ ਰਹਿੰਦੀਆਂ ਹਨ ਬੱਚਾ ਇਸ ਤਰ੍ਹਾਂ ਬੋਲਣਾ ਸਿੱਖਦਾ ਹੈ ਜੇ ਮਾਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੇ ਤਾਂ ਬੱਚਾ ਬੋਲਣਾ ਹੀ ਨਾ ਸਿੱਖ ਸਕੇ ਇਸ ਤਰ੍ਹਾਂ ਜਦ ਅਸੀਂ ਨਾਮ ਜਪਦੇ ਹਾਂ ਤਾਂ ਸਾਡੇ ਸਬਕੌਂਸ਼ੀਅਸ ਮਾਈਂਡ ਯਾਨੀ ਅਚੇਤ ਮਨ ਵਿੱਚ ਪਰਕੂਲੇਟ ਕਰਦਾ ਯਾਨੀ ਸਿੰਜਰਦਾ ਰਹਿੰਦਾ ਹੈ ਜਦ ਇਹ ਮਨ ਭਰਪੂਰ ਹੋ ਜਾਂਦਾ ਹੈ ਤਾਂ ਨਾਮ ਦਾ ਰਸ ਆਉਣ ਲੱਗ ਜਾਂਦਾ ਹੈ ਨਾਮ ਜਪਦੇ ਹੋਏ ਜੇ ਮਨ ਜ਼ਰਾ ਵੀ ਟਿਕ ਜਾਵੇ ਤਾਂ ਥੋੜੀ ਗੱਲ ਨਹੀਂ ਮਨ ਪੂਰਾ ਵਸ ਤਦੋਂ ਆਉਂਦਾ ਹੈ ਜਦ ਵਾਹਿਗੁਰੂ ਦੀ ਪੂਰਨ ਕਿਰਪਾਲਤਾ ਹੋਵੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ ਸਾਨੂੰ ਚਾਹੇ ਮਨ ਨਾ ਵੀ ਟਕੇ ਨਾਮ ਜਪਣਾ ਛੱਡਣਾ ਨਹੀਂ ਚਾਹੀਦਾ ਨਾਮ ਜਪਣ ਨਾਲ ਮਨ ਵਿੱਚ ਸੰਸਕਾਰ ਭਰਦੇ ਜਾਂਦੇ ਹਨ ਤੇ ਫਿਰ ਨਾਮ ਆਟੋਮੈਟਿਕ ਯਾਨੀ ਸਹਿਜ ਸੁਭਾਅ ਹੋਣ ਵਾਲਾ ਹੋ ਜਾਂਦਾ ਹੈ